ਪਰ ਅੱਜ ਸਾਰੇ ਪੰਜਾਬ ਦੇ ਲੋਕ ਜਸਵੀਰ ਤਲਵਾੜਾ ਜੀ ਇਹ ਸੁੰਣਾ ਚਾਹੁੰਦੇ ਨੇ ਵੀ ਮੁੱਖ ਮੰਤਰੀ ਨੇ ਤੁਹਾਨੂੰ ਕੀ ਦਿੱਤਾ ਜੀ ਅੱਜ ਦੇ ਮੀਟਿੰਗ 'ਚ ਮੁੱਖ ਮੰਤਰੀ ਜੀ ਅਚਨ ਚੇਹਰ ਕਹਿੰਦੇ ਵੀ ਮੈਨੂੰ ਜਾਣਾ ਪੈ ਗਿਆ ਪਰ ਨਵਰਾਜ ਬਰਾੜ ਜੀ ਨੇ ਸਾਡੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨਾ ਮੀਟਿੰਗ ਨਹੀਂ ਹੋਈ ਨਹੀਂ ਹੋਈ ਉਹਨਾਂ ਦੇ OSD ਨਵਰਾਜ ਬਰਾੜ ਸਿੰਘ ਜੀ ਨਾਲ ਹੋਈ ਹੈ ਉਹਨਾਂ ਨੇ ਸਾਨੂੰ ਕਿਹਾ ਵੀ ਮੈਨੂੰ ਮੁੱਖ ਮੰਤਰੀ ਜੀ ਅੱਜ ਸਪੈਸ਼ਲੀ ਇਹ ਡਿਊਟੀ ਲਾ ਕੇ ਗਈ ਹੈ ਵੀ ਪੁਰਾਣੀ ਪੈਨਸ਼ਨ ਬਹਾਲੀ ਨਾਲ ਤੁਸੀਂ ਮੀਟਿੰਗ ਵੀ ਕਰਨੀ ਹੈ ਔਰ ਮੀਟਿੰਗ ਦੇ ਵਿੱਚ ਜੋ ਉਹਨਾਂ ਦਾ ਏਜੰਡਾ ਹੈ ਉਹ ਤੁਸੀਂ ਲੈ ਲੈਣਾ ਕਿਉਂਕਿ ਉਹਨਾਂ ਨੇ ਅੱਜ ਸਾਨੂੰ ਸਾਫ਼ ਤੌਰ ਤੇ ਕਿਹਾ ਕਿਉਂਕਿ ਸਾਡਾ ਸਪਸ਼ਟ ਰੂਪ ਵਿੱਚ ਜਵਾਬ ਸੀ ਵੀ ਸਾਡੇ ਕੋਲ ਪੰਜਾਬ ਦੇ 2 ਲੱਖ ਮੁਲਾਜ਼ਮਾਂ ਕੋਲ ਇਸ ਵੇਲੇ ਮੁਜਾਰੇ ਔਰ ਧਰਨਿਆਂ ਤੋਂ ਸਵਾਏ ਹੋਰ ਕੋਈ ਹੱਲ ਨਹੀਂ ਹੈ ਤੁਸੀਂ ਸਾਲ ਪਹਿਲਾਂ ਜਿਹੜਾ ਨੋਟੀਫਿਕੇਸ਼ਨ ਕੀਤਾ ਕਹਿੰਦੇ ਸੀ ਕਰਤਾ ਪੁਰਾਣੀ ਪੈਨਸ਼ਨ ਤੇ ਮੈਂ ਕਿਹਾ ਜੀ ਉਹ ਸਾਲ ਪਹਿਲਾਂ ਕੀਤਾ ਪੰਜਾਬ ਦਾ 2 ਲੱਖ ਮੁਲਾਜ਼ਮਾਂ ਚੋਂ ਇੱਕ ਵੀ ਮੁਲਾਜ਼ਮ ਦੱਸੋ ਜਿਹਨੂੰ ਉਸ ਦਾ ਲਾਭ ਮਿਲਿਆ ਹੋਵੇ ਇਟ ਮੀਨਸ ਉਹ ਇੱਕ ਕਾਗਜ਼ ਦਾ ਟੁਕੜਾ ਸਾਬਤ ਹੋਇਆ ਤੁਸੀਂ ਸਾਨੂੰ ਇਹ ਦੱਸੋ ਵੀ ਅੱਜ ਦੀ ਮੀਟਿੰਗ 'ਚ ਅਸੀਂ ਕੀ ਲੈ ਕੇ ਜਾਈਏ ਜਾਂ ਕੀ ਤੁਸੀਂ ਇਸ ਤੇ ਪ੍ਰੋਗਰੈਸ ਕਰ ਰਹੇ ਹੋ ਫਿਰ ਉਹ ਕਹਿੰਦੇ ਵੀ ਮੈਂ ਅੱਜ ਦੀ ਮੀਟਿੰਗ 'ਚ ਤੁਹਾਨੂੰ ਇਸ ਗੱਲ ਇਹ ਅश्वਸਤ ਕਰਦਾ ਵੀ ਤੁਹਾਨੂੰ ਆਉਣ ਵਾਲੇ ਸਮੇਂ 'ਚ ਜਲਦ ਹੀ ਇਸ ਬਾਰੇ ਸੀਐਮ ਸਾਹਿਬ ਖੁਦ ਫੈਸਲਾ ਲੈਣਗੇ ਮੈਂ ਕਹਿੰਦਾ ਜੀ ਇਹ ਕਿੰਨਾ ਸਮਾਂ ਲੱਗੇ ਕਹਿੰਦੇ ਇਹ ਪਾਵਰ ਮੇਰੇ ਕੋਲ ਨਹੀਂ ਹੈ ਫਿਰ ਮੈਂ ਕਹਿੰਦਾ ਸਾਨੂੰ ਇਹਦਾ ਮਤਲਬ ਧਰਨੇ ਰੈਲੀਆਂ ਮੁਜਾਰੇ ਜਿਹੜੇ ਆ ਸਾਨੂੰ ਜਾਰੀ ਰੱਖਣੇ ਪੈਣਗੇ ਜੇ ਫੈਸਲਾ ਹਲੇ ਸਾਲ ਹੀ ਲੈ ਰਹੇ ਆ ਸਾਲ ਦਾ ਹਲੇ ਫੈਸਲਾ ਨਹੀਂ ਲਿਆ ਹੋਇਆ ਤੇ ਕਹਿੰਦੇ ਨਹੀਂ ਮੈਂ ਇਸ ਗੱਲ ਦਾ ਤੁਹਾਨੂੰ ਜਰੂਰ ਸੰਕੇਤ ਦਿੰਦਾ ਵੀ ਤੁਹਾਨੂੰ ਹੁਣ ਧਰਨੇ ਮੁਜਾਰੇ ਕਰਨ ਤੋਂ ਪਹਿਲਾਂ ਹੀ ਜਿਹੜਾ ਹੈ ਪੁਰਾਣੀ ਪੈਨਸ਼ਨ ਸੰਬੰਧੀ ਐਲਾਨ ਪਹਿਲੀ ਗੱਲ ਤੇ ਵੀ ਉਸਡੀ ਸਾਹਿਬ ਨੇ ਤੁਹਾਨੂੰ ਇਹ ਕਿਹਾ ਵੀ ਅੱਜ ਜਿਹੜੀ ਵੀ ਗੱਲ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਕਹਿ ਕੇ ਗਏ ਨੇ ਉਸ ਬਿਹਾਰ ਤੇ ਕੀਤੀ ਜਾ ਰਹੀ ਹੈ ਬਿਲਕੁਲ ਕਹਿੰਦੇ ਮੇਰੀ ਡਿਊਟੀ ਲਗਾਈ ਹੈ ਔਰ ਮੈਂ ਤੁਹਾਨੂੰ ਅੱਜ ਇਹ ਵੀ ਸਪਸ਼ਟ ਕਰਦਾ ਵੀ ਜਲਦ ਹੀ ਤੁਹਾਡੀ ਮੁੱਖ ਮੰਤਰੀ ਸਾਹਿਬ ਨਾਲ ਵੀ ਮੀਟਿੰਗ ਕਰਾਵਾਂਗਾ ਔਰ ਇਹ ਵੱਡੀ ਗੱਲ ਹੈ ਮੈਂ ਸਮਝਦਾ ਕਹਿੰਦੇ ਵੀ ਅੱਜ ਮੈਂ ਕਿਹਾ ਜੀ ਸਮਾਂ ਦੱਸੋ ਕਹਿੰਦੇ ਅੱਜ ਮੈਂ ਸਮਾਂ ਨਹੀਂ ਦੱਸ ਸਕਦਾ ਕਿਉਂਕਿ ਸੀਐਮ ਦਾ ਜਿਹੜਾ ਟਾਈਮ ਟੇਬਲ ਹੈ ਉਹ ਹਾਲੇ ਤੱਕ ਮੇਰੇ ਹੱਥ ਨਹੀਂ ਹੈ ਪਰ ਮੈਂ ਨੰਬਰ ਤੁਹਾਡ ਮੈਂ ਜਲਦ ਹੀ ਤੁਹਾਨੂੰ ਮੁੱਖ ਮੰਤਰੀ ਜੀ ਨਾਲ ਮੀਟਿੰਗ ਤੈਅ ਕਰਾਵਾਂਗਾ ਔਰ ਇਹ ਆਸ਼ਵਾਸਨ ਅੱਜ ਮੇਰੇ ਤੋਂ ਲੈ ਕੇ ਜਾਇਓ ਵੀ ਤੁਹਾਨੂੰ ਰੈਲੀ ਜਾਂ ਮਜਾਰਾ ਕਰਨ ਦੀ ਅਸੀਂ ਨੋਬਤ ਨਹੀਂ ਆਣ ਦਵਾਂਗੇ ਪਰ ਅਸੀਂ ਅੱਜ ਦੀ ਮੀਟਿੰਗ ਤੋਂ ਬਾਅਦ ਸਾਡੀ ਆਪਣੀ ਮੀਟਿੰਗ ਹੋਈ ਹੈ ਉਹਦੇ ਵਿੱਚ ਅਸੀਂ ਫੈਸਲਾ ਕੀਤਾ ਕਿਉਂਕਿ ਅਸੀਂ ਸਟੇਟ ਕਮੇਟੀ ਨੇ ਇਹ ਫੈਸਲਾ ਲਿਆ ਹੋਇਆ ਹੈ ਵੀ ਜਿੱਥੇ ਵੀ ਮੁੱਖ ਮੰਤਰੀ ਜਿਹੜੇ ਵੀ ਜ਼ਿਲ੍ਹੇ 'ਚ ਜਾਂਦੇ ਆ ਉੱਥੇ ਅਸੀਂ ਇਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਣੇ ਆ। ਇਹ ਲੁਧਿਆਣੇ ਅੱਜ ਦੀ ਮੀਟਿੰਗ ਦਾ ਵੀ ਕਾਰਨ ਇਹ ਸੀ ਵੀ 10 ਨੂੰ ਲੁਧਿਆਣੇ ਮੁੱਖ ਮੰਤਰੀ ਸਾਹਿਬ ਅਰਵਿੰਦ ਕੇਜਰੀਵਾਲ ਜੀ ਜਿਹੜੇ ਆਪ ਸੁਪਰੀਮੋ ਆ ਉਹ ਗਏ ਸੀ। ਉਹਨਾਂ ਨੂੰ ਇਹ ਲੁਧਿਆਣੇ ਦੀ ਟੀਮ ਨੇ ਜਿਹੜਾ ਕਾਲੀਆਂ ਝੰਡੀਆਂ ਦਿਖਾਣ ਦਾ ਪ੍ਰੋਗਰਾਮ ਰਾਇਆ ਸੀ ਉਹਨਾਂ ਨੇ ਕਿਹਾ ਨਹੀਂ ਅਸੀਂ ਜੇ ਤੁਹਾਡੀ ਮੀਟਿੰਗ ਕਰਾ ਦਈਏ ਕਿਉਂਕਿ ਅਸੀਂ ਸਾਨੂੰ ਪਤਾ ਵੀ ਮਸਲਾ ਤੇ ਮੀਟਿੰਗ ਜੇ ਹੱਲ ਹੋਣਾ ਸੀ ਕਿ ਆ ਠੀਕ ਹੈ ਜੀ ਪਰ ਸਾਨੂੰ ਇਹ ਲੱਗਿਆ ਵੀ ਅੱਜ ਮੁੱਖ ਮੰਤਰੀ ਨੂੰ ਸਾਨੂੰ ਮਿਲਣਾ ਚਾਹੀਦਾ ਸੀ ਜਿਹੜੇ ਆਪ ਚੈਕਿੰਗਾ ਕਰ ਰਿਹਾ ਜਿਹੜੇ ਕਹਿੰਦੇ ਮੈਂ ਆਮ ਆਦ ਪਰ ਸਾਨੂੰ ਇਹ ਲੱਗਿਆ ਵੀ ਇਹ ਸਾਡੇ ਨਾਲ ਮੁੱਖ ਮੰਤਰੀ ਨੇ ਚੰਗਾ ਨਹੀਂ ਕੀਤਾ ਵੀ ਸਾਨੂੰ ਸਮਾਜ ਦਾ ਦੇ ਕੇ ਤੇ ਬਰਾੜ ਸਾਹਿਬ ਨਾਲ ਮੀਟਿੰਗ ਕਰਾਤੀ ਇਸ ਗੱਲ ਦਾ ਸਾਨੂੰ ਦੁੱਖਾ ਔਰ ਇਸੇ ਕਰਕੇ ਅਸੀਂ ਆਉਣ ਵਾਲੇ ਸਮੇਂ ਤੇ ਵੀ ਜਿਹੜਾ ਕਾਲੀਆਂ ਝੰਡੀਆਂ ਝੰਡੀਆਂ ਦਿਖਾਣ ਦਾ ਮੁੱਖ ਮੰਤਰੀ ਜੀ ਨੂੰ ਪ੍ਰੋਗਰਾਮ ਆ ਉਹ ਸਾਡਾ ਲਾਗੂ ਰਹੇਗਾ ਪੂਰੇ ਪੰਜਾਬ 'ਚ ਜਿਹੜੇ ਜ਼ਿਲ੍ਹੇ 'ਚ ਵੀ ਜਾਣਗੇ ਕਾਲੀਆਂ ਝੰਡੀਆਂ ਨਾਲ ਹੀ ਸਵਾਗਤ ਹੋਏਗਾ ਇਹਨਾਂ ਦਾ ਜੀ ਇੱਕ ਪਾਸੇ ਤੁਸੀਂ ਤਸੱਲੀ ਦੀ ਪ੍ਰਗਟ ਕਰ ਰਹੇ ਜੀ ਵੀ ਮੁੱਖ ਮੰਤਰੀ ਦੇ ਬਹਾਪ ਤੇ ਬਰਾੜ ਸਾਹਿਬ ਨੇ ਬੜਾ ਭਰੋਸਾ ਦਿੱਤਾ ਦੂਸਰੇ ਪਾਸੇ ਕਾਲੀਆਂ ਝੰਡੀਆਂ ਫੇਰ ਖੜੀਆਂ ਤੁਹਾਡੀਆਂ ਤਸੱਲੀ ਤਾਂ ਸਾਨੂੰ ਉਦੋਂ ਵੀ ਪ੍ਰਗਟ ਹੋ ਗਈ ਸੀ ਚਾਰ ਲੈਨਾਂ ਦਾ ਨੋਟੀਫਿਕੇਸ਼ਨ ਕੀਤਾ ਸੀ ਪਰ ਸਾਡਾ ਹੁਣ ਪੂਰਨ ਵਿਸ਼ਵਾਸ ਨਹੀਂ ਹੈ ਕਹਿ ਕੇ ਆਏ ਆ ਬਰਾੜ ਸਾਹਿਬ ਨੂੰ ਸਾਨੂੰ ਤੁਹਾਡੇ ਤੇ ਪੂਰਨ ਵਿਸ਼ਵਾਸ ਨਹੀਂ ਕਿਉਂਕਿ ਪਿਛਲੀ ਸਾਲ ਦੀ ਕਾਰਗੁਜ਼ਾਰੀ ਜਿਹੜੀ ਆ ਉਹ ਕਈ ਸ਼ੰਕੇ ਸਾਡੇ ਮਨਾਂ 'ਚ ਖੜੇ ਕਰਦੇ ਆ ਇਸ ਕਰਕੇ ਅਸੀਂ ਸੁਪਰ ਕਮੇਟੀ ਨੇ ਫੈਸਲਾ ਲਿਆ ਸਾਡਾ ਐਕਸ਼ਨ ਹੁਣ ਜਦੋਂ ਤੱਕ ਐਸਓਪੀ ਜਾਰੀ ਨਹੀਂ ਹੁੰਦਾ ਐਕਸ਼ਨ ਕੋਈ ਨਹੀਂ ਪੋਸਟਪੋਨ ਹੋਏਗਾ ਸਾਡੇ ਜਿਹੜੇ ਪ੍ਰੋਗਰਾਮ ਹੈ ਉਸੇ ਤਰ੍ਹਾਂ ਅੱਗੇ ਚੱਲ